ਵਾਪਸ ਆ ਗਏ ਉਹ ਕਵਰ ਕੀਤਾ ਹੈ ਇਹਨਾਂ ਨੇ ਸੀਕ੍ਰੀਟ ਰੱਖਦੇ ਆ ਇੱਥੇ ਹੋਵੇ ਬੜੇ ਲੱਗਦੇ ਮੈਨੂੰ ਆਵੇ ਨਹੀਂ ਆਉਂਦਾ ਇੰਨੇ ਪੈਸੇ ਲੈ ਲਓ ਆਪਦਾ ਕੀਤੀ ਆਹ ਦੇਖੋ ਕਿੰਨੀ ਵਧੀਆ ਚੀਜ਼ ਬਣੀ ਪਾਣੀ ਵੀ ਸੌਖੀ ਆਹ ਇੱਕ ਨਾ ਜੀ ਮੈਂ ਕੂਲਰ ਦੀ ਮੋਟਰ ਤਿਆਰ ਕੀਤੀ ਅੱਛਾ ਜੀ ਔਰ ਇਹਨੂੰ ਤਿੰਨ ਹੀ ਪਾਈਪਾਂ ਕੱਢੀਆਂ ਪੱਖਾ ਤਿਆਰ ਕੀਤਾ ਜੀ ਮੋਟਰ ਬਾਜ਼ਾਰ 'ਚੋਂ ਲੈ ਕੇ ਲਾ ਦਿੱਤੀ ਔਰ ਇਹ ਹਰ ਇੱਕ ਕੂਲਰ ਦੇ ਸ਼ਟਰ ਨੂੰ ਪਾਈਪ ਵੱਖਰੀ ਜਾਏਗੀ ਔਰ ਪਾਣੀ ਜ਼ਿਆਦਾ ਦੇਵੇਗੀ ਅਤੇ ਹਵਾ ਇਹ ਵੀਰੇ ਜਿਹੜੀ ਆਪਣੀ ਨਾ ਝੋਨੇ ਦੀ ਪਰਾਲੀ ਕੁਤਰੀ ਜਾਂਦੀ ਹੈ ਬੈਠੇ ਆਹ ਚੀਜ਼ ਬਣ ਜਾਏਗੀ ਇਹ ਤੋਂ ਮੁੜ ਕੇ ਨਾ ਮੈਂ ਇੱਕ ਡਾਈ ਆ ਵੀ ਤਿਆਰ ਕੀਤੀ ਪਰਾਲ 'ਤੇ ਉਹਦੇ ਵਿੱਚ ਆ ਪਰਾਲੀ ਪਾ ਪਾ ਕੇ ਪ੍ਰੈਸ ਕਰਤੀ ਉਹ ਪ੍ਰੈਸ ਦੇ ਵਿੱਚ ਆਹ ਚੀਜ਼ ਬਣ ਗਿਆ ਵੀ ਫਿਰ ਇਹ ਮੇਰੀ ਆਪਣੀ ਇਨਵੈਂਸ਼ਨ ਇਹ ਵੀ ਹਾਂਜੀ ਜੋ ਉਹ ਡਾਈ ਚਾਹੀਦੀ ਹੈ ਜੋ ਜਿਸ ਤਰ੍ਹਾਂ ਡਾਈ ਤੁਸੀਂ ਬਣਾਓਗੇ ਨਾ ਉਸ ਤਰ੍ਹਾਂ ਚੀਜ਼ ਬਣ ਜਾਏਗੀ ਮੈਂ ਕੀਤੀ ਹੋਈ ਸਟੋਰੀ ਹੁੰਦੀ ਠੀਕ ਹੈ ਜੀ ਇਹ ਨਾ LPU ਦੇ ਵਿੱਚ ਸਾਇੰਸ ਲੱਗਿਆ ਸੀ ਜੀ ਤੁਹਾਡਾ ਨਾਮ ਮੇਰਾ ਨਾਮ ਤਲਵਿੰਦਰ ਸਿੰਘ ਹੈ ਜੀ ਤਲਵਿੰਦਰ ਸਿੰਘ ਜੀ ਦੱਸੋ ਸਭ ਤੋਂ ਪਹਿਲਾਂ ਇਹ ਜਿਹੜੀ ਤੁਸੀਂ ਮਸ਼ੀਨ ਹੈ ਇਸ ਬਾਰੇ ਦੱਸੋ ਮੈਂ ਜੀ 8 ਸਾਲ ਪਹਿਲਾਂ ਇਹਦੀ ਇਨਵੈਂਸ਼ਨ ਕਰਨੀ ਸ਼ੁਰੂ ਕੀਤੀ ਸੀ ਇੱਕ ਆਪਣੇ ਦਿਮਾਗ ਦੇ ਵਿੱਚ ਆਈਡੀਆ ਲੈ ਕੇ ਕਿ ਜੋ ਅੱਜ ਕੱਲ੍ਹ ਕਿਸਾਨ ਪਰਾਲੀ ਨੂੰ ਅੱਗ ਲਗਾਉਂਦੇ ਨੇ ਉਹਦੇ ਨਾਲ ਬਹੁਤ ਜ਼ਿਆਦਾ ਵਾਤਾਵਰਨ ਖਰਾਬ ਹੁੰਦਾ ਹੈ ਤਾਂ ਸੋ ਇਸ ਦਾ ਹੱਲ ਕੀਤਾ ਜਾਵੇ ਮੈਂ ਇਸ ਦੀ ਇਨਵੈਂਸ਼ਨ ਸ਼ੁਰੂ ਕੀਤੀ ਔਰ ਮੈਨੂੰ 8 ਸਾਲ ਬਾਅਦ ਇਹਦੀ ਕਾਮਯਾਬੀ ਪੂਰੀ 100% ਮਿਲ ਗਈ ਜੀ ਹੁਣ ਮੈਂ ਜ਼ਿਮੀਂਦਾਰਾਂ ਦੇ ਖੇਤਾਂ ਵਿੱਚ ਟ੍ਰਾਇਲ ਕੀਤੇ ਨੇ 2 ਸਾਲ ਤੋਂ ਬੜੀ ਇਹਦੀ ਕਾਮਯਾਬੀ ਮਿਲੀ ਜ਼ਿਮੀਂਦਾਰਾਂ ਨੇ ਬੜਾ ਪਸੰਦ ਕੀਤਾ ਜੀ ਇਸ ਦਾ ਇਹ ਫਾਇਦਾ ਜੀ ਇਹ 2-in-1 ਆ ਜੀ ਝੋਨੇ ਦੀ ਪਰਾਲੀ ਨੂੰ ਕੁਤਰ ਕੇ ਖੜ੍ਹੇ ਮੁੱਢਾਂ ਨੂੰ ਕੁਤਰ ਕੇ ਜ਼ਮੀਨ 'ਤੇ ਵੀ ਖਿਲਾਰ ਦਿੰਦੀ ਹੈ ਉਹ ਟਰਾਲੀ ਵਿੱਚ ਵੀ ਲੋਡ ਕਰ ਦਿੰਦੀ ਹੈ ਟਰਾਲੀ ਵਿੱਚ ਲੋਡ ਕਰਕੇ ਅਸੀਂ ਕਿਸੇ ਵੀ ਪਰਪਜ਼ ਵਾਸਤੇ ਉਹ ਜਿਹੜੀ ਤੂੜੀ ਬਣ ਜਾਂਦੀ ਹੈ ਉਸ ਨੂੰ ਵਰਤਿਆ ਜਾ ਸਕਦਾ ਅਤੇ ਰੀਪਰ ਮਾਰ ਕੇ ਸੁਕਾ ਕੇ ਬਿਲਕੁਲ ਸੁੱਕੀ ਤੂੜੀ ਚਾਹੀਦੀ ਹੈ ਉਹ ਵੀ ਅਸੀਂ ਟਰਾਲੀ ਦੇ ਵਿੱਚ ਪਾ ਸਕਦੇ ਹਾਂ ਖੇਤਾਂ 'ਤੇ ਵੀ ਖਿਲਾਰ ਸਕਦੇ ਹਾਂ ਔਰ ਕਣਕ ਦੇ ਨਾੜ ਦੀ ਵੀ ਤੂੜੀ ਦੁੱਗਣੀ ਬਣਾਉਂਦੀ ਹੈ ਦੂਸਰੀਆਂ ਮਸ਼ੀਨਾਂ ਨਾਲੋਂ 2 ਗੁਣਾ ਵੱਧ ਬਣਾਉਂਦੀ ਜਾਣੀ ਕਿ ਸਪੀਡ ਨਾਲ ਬਣਾਉਂਦੀ ਹੈ ਜੀ ਅਸੀਂ ਅਕਸਰ ਦੇਖਦੇ ਹਾਂ ਕਿ ਵਾਤਾਵਰਨ ਬਹੁਤ ਜ਼ਿਆਦਾ ਪ੍ਰਦੂਸ਼ਣ ਹੋ ਫੈਲ ਰਿਹਾ ਹੈ ਲੋਕ ਅੱਗ ਬਹੁਤ ਲਾ ਦਿੰਦੇ ਨੇ ਜੀ ਅਤੇ ਇਹਦੇ ਨਾਲ ਕੀ ਫਾਇਦਾ ਹੋਏਗਾ ਇਹਦੇ ਨਾਲ ਇਹੀ ਫਾਇਦਾ ਜੀ ਜ਼ਿਮੀਂਦਾਰ ਕਿਸਾਨਾਂ ਨੂੰ ਅੱਗ ਲਗਾਉਣ ਦੀ ਬਿਲਕੁਲ ਲੋੜ ਨਹੀਂ ਹੈ ਜਿਸ ਤਰ੍ਹਾਂ ਕਿ ਕੁਛ ਕਿਸਾਨ ਜਿਸ ਤਰ੍ਹਾਂ ਮਟਰ ਲਗਾਉਂਦੇ ਨੇ ਜੀ ਗਾਜਰ ਲਗਾਉਂਦੇ ਨੇ ਆਲੂ ਲਗਾਉਂਦੇ ਨੇ ਜੀ ਉਹਨਾਂ ਨੂੰ ਬਹੁਤ ਜਲਦੀ ਜ਼ਮੀਨ ਤਿਆਰ ਚਾਹੀਦੀ ਹੈ ਜੀ ਤਾਂ ਉਹ ਉਹਨਾਂ ਨੂੰ ਇਹਦਾ ਇਹ ਫਾਇਦਾ ਹੈਗਾ ਕਿ ਉਹ ਇਹ ਜਿਹੜੀ ਪਰਾਲੀ ਹੈ ਇਸ ਨੂੰ ਕੁਦਰ ਕੇ ਟਰਾਲੀ ਵਿੱਚ ਪਾ ਕੇ ਖੇਤ ਤੋਂ ਬਾਹਰ ਕਿਤੇ ਰੱਖ ਸਕਦੇ ਨੇ ਖੇਤ ਉਸੇ ਵੇਲੇ ਵਿਹਲਾ ਹੋ ਜਾਏਗਾ ਉਸ ਨੂੰ ਹਲਾਂ ਦੇ ਨਾਲ ਹੀ ਵਾਹ ਕੇ ਤਿਆਰ ਕਰਕੇ ਆਪਦੀ ਜੋ ਵੀ ਸਬਜ਼ੀ ਲਗਾਉਣੀ ਹੈ ਲਗਾ ਸਕਦੇ ਨੇ ਜੀ ਤੁਸੀਂ ਇਹ ਮਸ਼ੀਨ ਜਿਹੜੀ ਬਣਾਈ ਹੈ ਇਹਦੇ ਤੇ ਖਰਚਾ ਕਿੰਨਾ ਕੁ ਆ ਮੈਂ ਸਰ 8 ਸਾਲ ਦੇ ਵਿੱਚ 8 ਹੀ ਮਸ਼ੀਨਾਂ ਬਣਾਈਆਂ ਨੇ ਹਰ ਸਾਲ ਇੱਕ ਨਵੀਂ ਮਸ਼ੀਨ ਬਣਾ ਲੈਂਦਾ ਸੀ ਔਰ ਉਹਦੇ ਵਿੱਚ ਜੋ ਕਮੀਆਂ ਪੇਸ਼ੀਆਂ ਉਹ ਅਗਲੀ ਮਸ਼ੀਨ ਵਿੱਚ ਕੱਢ ਲੈਂਦੇ ਸੀ ਪਹਿਲੀ ਨੂੰ ਰਿਜੈਕਟ ਕਰ ਦਿੰਦੇ ਸੀ ਯਾਨੀ ਕਿ ਬਿਲਕੁਲ ਉਹ ਕੰਡਮ ਹੋ ਜਾਂਦੀ ਸੀ ਮਸ਼ੀਨ ਕਿਉਂਕਿ ਉਹਦੇ ਵਿੱਚ ਕੋਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਸੀ ਜਿਹੜੀਆਂ ਨਹੀਂ ਕੰਮ ਕਰਦੀਆਂ ਉਹਨਾਂ ਨੂੰ ਦੁਬਾਰਾ ਹੋਰ ਬਣਾ ਕੇ ਲਾ ਲੈਣਾ ਸੋਚ ਕੇ ਵੀ ਇਹ ਇਸ ਤਰ੍ਹਾਂ ਹੋਰ ਕੀਤਾ ਜਾਵੇ ਤਾਂ ਹੋਰ ਵਧੀਆ ਹੋ ਸਕਦਾ ਇਹ 8 ਹੀ ਮਸ਼ੀਨਾਂ ਨੇ ਤਕਰੀਬਨ ਮੇਰਾ ਇੱਕ ਮਸ਼ੀਨ ਬਣਾਉਣ 'ਤੇ 5-6 ਲੱਖ ਰੁਪਇਆ ਖਰਚਾ ਆ ਜਾਂਦਾ ਰਿਹਾ ਤਕਰੀਬਨ ਮੈਂ ਹੁਣ ਤੱਕ 1 ਕਰੋੜ ਰੁਪਇਆ ਇਸ 'ਤੇ ਇਨਵੈਸਟ ਕਰ ਚੁੱਕਾ ਜੀ ਇਸ ਨੂੰ ਕਾਮਯਾਬ ਕਰਨ ਵਾਸਤੇ 10 ਸਾਲਾਂ ਵਿੱਚ ਇਸ ਦਾ ਕੋਈ ਫਾਇਦਾ ਵੀ ਹੋ ਰਿਹਾ ਤੁਹਾਨੂੰ ਇਸ ਦਾ ਸਰ ਕਿਸਾਨ ਮੇਰੇ ਕੋਲ ਆਉਂਦੇ ਨੇ ਇਸ ਦੀ ਖਰੀਦ ਕਰਨ ਵਾਸਤੇ ਬਹੁਤ ਕਿਸਾਨ ਆਉਂਦੇ ਨੇ ਜਿੱਥੇ ਮੈਂ ਟ੍ਰਾਇਲ ਵਗੈਰਾ ਕਰਦਾ ਲੋਕ ਦੇਖਦੇ ਨੇ ਪਸੰਦ ਕਰਦੇ ਨੇ ਪਰ ਅੱਜ ਕੱਲ੍ਹ ਕਿਸਾਨ ਚਾਹੁੰਦਾ ਕਿ ਇਸ 'ਤੇ ਸਬਸਿਡੀ ਮਿਲ ਜਾਏ ਸਬਸਿਡੀ ਮਿਲੇਗੀ ਤਾਂ ਮਸ਼ੀਨ ਜਿਹੜੀ ਹੈਗੀ ਘੱਟ ਰੇਟ ਦੇ ਵਿੱਚ ਕਿਸਾਨ ਤੱਕ ਪਹੁੰਚ ਜਾਏਗੀ ਸੋ ਮੇਰਾ ਫਾਇਦਾ ਇਹੀ ਹੈ ਮੈਂ ਇੰਡਸਟਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈਗਾ ਲੇਕਿਨ ਮੈਨੂੰ ਪ੍ਰੋਬਲਮ ਇਹੀ ਆ ਰਹੀ ਹੈ ਕਿਸਾਨ ਸਬਸਿਡੀ ਚਾਹੁੰਦਾ ਸੋ ਮੈਂ ਯੂਨੀਵਰਸਿਟੀ ਲੁਧਿਆਣਾ ਦੇ 2 ਸਾਲ ਤੋਂ ਚੱਕਰ ਲਗਾ ਰਿਹਾ ਉਹ ਮੇਰੀ ਗੱਲ ਨਹੀਂ ਕੋਈ ਵੀ ਸੁਣ ਰਿਹਾ ਅਜੇ ਤੱਕ ਮੈਨੂੰ ਉਹਨਾਂ ਨਾਲੋਂ ਕੋਈ ਰਿਸਪੋਂਸ ਨਹੀਂ ਆ ਰਿਹਾ ਪਰ ਕਿਸਾਨ ਇਸ ਨੂੰ ਬਹੁਤ ਪਸੰਦ ਜ਼ਿਆਦਾ ਕਰ ਰਿਹਾ ਜੀ ਜੇ ਹੁਣ ਆਪਾਂ ਗੱਲ ਕਰੀਏ ਇੱਕ ਮਸ਼ੀਨ ਦੀ ਕੋਸਟ ਜੇ ਤੁਸੀਂ ਤਿਆਰ ਕਰਕੇ ਕਿਸੇ ਕਿਸਾਨ ਨੂੰ ਦੇਣੀ ਉਹਦੇ ਤੇ ਕਿੰਨਾ ਕੁ ਖਰਚਾ ਆਏਗਾ ਸਰ ਮੈਂ 4.5 ਲੱਖ ਰੁਪਇਆ ਰੇਟ ਰੱਖਿਆ ਜੀ ਤੋ 4.5 ਲੱਖ ਦੇ ਵਿੱਚ ਥੋੜ੍ਹਾ ਜਿਹਾ ਕਿਸਾਨ ਫੀਲ ਕਰਦਾ ਕਿ ਮਹਿੰਗੀ ਹੈ ਸਬਸਿਡੀ ਮਿਲ ਜਾਏ ਤਾਂ ਸਸਤੀ ਹੋ ਜਾਏ ਤਾਂ ਅਸੀਂ ਖਰੀਦਣ ਨੂੰ ਤਿਆਰ ਹਾਂ ਕਿੰਨੀ ਕੁ ਸਬਸਿਡੀ ਹੋਣੀ ਚਾਹੀਦੀ ਸਬਸਿਡੀ ਸਰ ਅੱਜ ਕੱਲ੍ਹ ਸੈਂਟਰ ਗੌਰਮੈਂਟ ਨੇ 50-80% ਰੱਖੀ ਹੈ ਜੀ 50% ਸਿੱਧੀ ਨਿੱਜੀ ਬੰਦੇ ਨੂੰ ਦੇ ਰਹੇ ਨੇ ਅਗਰ ਉਹ 9 ਬੰਦਿਆਂ ਦੀ ਸੰਸਥਾ ਸੁਸਾਇਟੀ ਬਣਾ ਕੇ ਖਰੀਦ ਕਰਨਗੇ ਤਾਂ ਉਹਨਾਂ ਨੂੰ 80% ਸਬਸਿਡੀ ਮਿਲੇਗੀ ਸਬਸਿਡੀ ਹੈ ਬਹੁਤ ਆ ਜੀ ਇਸ ਕਰਕੇ ਕਿਸਾਨ ਥੋੜ੍ਹਾ ਜਿਹਾ ਉਹ ਮਹਿਸੂਸ ਕਰਦਾ ਜੀ ਅਤੇ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਇਸ ਦਾ ਫਾਇਦਾ ਹੋ ਸਕਦਾ ਕਿਸਾਨਾਂ
हाँ जी सर, सरकार सबसिडी दे दे किसान नूं तां बहुत ज़्यादा फायदा हो सकता है। किसान पसंद कर रहे हैं, बहुत ज़्यादा खरीद होएगी, इहदी खरीद होएगी, किसान इस नूं यूज करनगे, खेतों के वरतणगे तो वातावरण पराली नूं अग नहीं लगेगी, तो वातावरण नहीं पोल्यूशन होएगा जी। साड़ी जिहड़ी जनता है, आने वाली जनरेशन, वह भी इस बीमारियां पोल्यूशन तो बच सकेगी, जनता नूं यही फायदे हो रहे जी। दिमाग किस तरह की मशीन बनाई सर? मैं थोड़ा जिहा तुहानूं आइडिया दे दिंदा कि एक साल मैं इत्थे खेत दे विच अग लगाई सी, तो असीं अग लगाई तो वह पोल्यूशन धुआं काफ़ी हो गया, पोल्यूशन हो गया, नाल दी रोड जा रही है पिंड नूं, तो इत्थे SDM साहब BDO साहब लंघ रहा सी, उन्होंने सानूं बुला लिया, कहिंदे तुसीं अग लगाई है, क्यों लगाई है? मैं कहा सर सारे लोगों ने अग लगाती है, तो कणक बीज दिती है, तो असीं लेट हो रहे हैं। असीं यही सोच रहे सी कि कोई यंत्र तैयार हो जाए, साढ़े को असीं एक यंत्र तैयार कर रहे सी होर, तो इस अग ना लगाई जाए, पर वो साडा यंत्र उस टाइम सानू कामयाबी उहदे विच बहुत ही ज़्यादा नहीं सी मिली, सो असी लेट होण करके अग लगाती। BDO साहब ने सानू बुला लिया, उन्होंने सानू गड्डी च बिठा लिया जी, कहिंदे भी तुहाडे ते जो भी कार्रवाई बनती हैगी आ, तुसीं अग लगाई है तो तुहाडे ते होएगी। असीं कहा चलो ठीक है जी, असीं मनदे हैगे इस गल नूं, पर उस तो बाद उन्होंने साढ़े विचार सुने तो वह सानू छड गए जी, लेकिन गया उस टाइम ही मेरे मन च आइडिया है भी हुण इहो जिहा कोई यंत्र जरूर तैयार कर देना चाहिए कि जिहदे नाल पराली नूं अग लगाउण दी ना लोड़ पवे। मैं 1990 दे उह कंबाइन लई सी, उदों तों ही इह टैक्नीकल विच मेरा ध्यान सी। अच्छा जे आपां गल करिए इक खेत नूं जां किन्ने कु किले नूं किन्ना कु समां लगदा इस विच? सर एक तों सवा घंटे दे विच इक खेत नूं कट दिंदी है, अगर असीं जमीन ते खिलारना है बिल्कुल तूड़ी वांगू बरीक करके जमीन ते खिलार देगी, अगर जे असीं ट्रालियां दे नाल पराली नूं कुतर के बाहर कढ़ना हैगा फिर कोई सवा डेढ़ घंटा लग जाता है। तो तुहानूं नहीं लगता कि किसानां नूं इंडिविजुअली कल्ले लैण दी बजाय रल के जां कोई संस्था बना के लै लेना चाहिए? हाँ जी सर, फिर उन्हां नूं संस्था बना के तां ही फायदा लैंदा हैगा जे सबसिडी मिलदी है, तो वैसे भी माइंड होना चाहिए हुण ट्रैक्टर जिमीदार 8 लाख रुपए का 9 लाख रुपए का खरीद लैंदा, ये 4.5 लाख रुपए की खरीदन लगा सोचता है, पर जे खरीदी जाए, अगर मैं कहना भी सबसिडियां थोड़ा जिहा किसान का माइंड बने, सबसिडी वाल ना सोचे, पोल्यूशन बारे सोचे, पराली नूं सांभण बारे सोचे, तो सबसिडी तो बाद की गल हैगी। अच्छा मैनूं एक गल दस्सो दोस्तों कि यह जिहड़ी आपां बचदा है तूड़ी बनती है इहदा किन्ना कु फायदा हुंदा, पैसे बच जांदे? सर जिस तरह कि पराली विच जे कुतरनी हैगी है किसान ने, तो आलू वाले किसान सानूं दसदे पए सी कि साडा 7,000 रुपया खर्चा आ जाता हैगा जमीन नूं तैयार करन वास्ते, पर मैं पिछले साल कोई तकरीबन 100 किले के करीब खेत कट्टे ने, तो पराली कट्टी हैगी आ, पर मैं आलू भी लवाए ने जी, गाजर मटर भी लवाया हैगा, वो किसान मैनू कहिंदे साडा 3,000 रुपए के डीजल दे विच सर जांदा, जाने कि अद्धा खर्चा आंदा तुहाडी मशीन का प्रयोग करन दे नाल। आले दुआले किन्ने कु पिंडां विच मशीन नूं किराए ते जां उदा भेज चुके हो? सर मैं तकरीबन कोई कह सकदा 5-7 पिंडां दे विच इही काम कीता, पिछले साल इस साल तो पिछले साल असीं 70 खेत कट्टे सी, और पिछले साल दे विच असीं तकरीबन 100 खेत दे करीब कट चुके हैं जी। अच्छा दोस्तों इह कोई किराए ते भी दित्ती जा? नहीं सर असीं आप ही चलाने, किराए ते असीं किसानां दे कम करके आने हैं, डेमो भी करके आने हैं, तो असीं आप ही किसानां दे किराए ते कम करके आने हैं। ਕਿੰਨਾ ਕੁ ਉਹਨਾਂ ਨੂੰ ਪੈਸੇ ਲੈਂਦੇ? ਅਸੀਂ ਸਰ 1800 ਰੁਪਇਆ ਲੈਂਦੇ ਹੈਗੇ ਹਾਂ ਜੀ, ਅਤੇ ਜੇ ਕੋਈ ਬੰਦਾ ਕੋਈ ਕਹੇ ਵੀ ਮੈਂ ਇਸ ਨੂੰ ਸਾਡੇ ਡੈਮੋ ਕਰ ਜਾਓ ਤਾਂ ਅਸੀਂ ਤੇਲ 'ਤੇ ਵੀ ਕਰੇ ਆਉਂਦੇ, ਅਗਰ ਤੇਲ ਵੀ ਨਹੀਂ ਪਾਉਂਦਾ ਤਾਂ ਅਸੀਂ ਫਰੀ ਵੀ ਕਰੇ ਆਉਂਦੇ ਹਾਂ। ਅੱਛਾ ਤੁਸੀਂ ਇਹ ਦੱਸੋ ਤੁਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਵੀ ਅਪਰੋਚ ਕੀਤੀ, ਹੋਰ ਵੀ ਕਿਤੇ ਅਪਰੋਚ ਕੀਤੀ ਤੁਸੀਂ ਕੇਂਦਰ ਸਰਕਾਰ ਤੱਕ? ਸਰ ਮੈਂ ਸੈਂਟਰ ਸਰਕਾਰ ਤੱਕ ਪਹੁੰਚ ਤਾਂ ਨਹੀਂ ਹੋ ਸਕੀ, ਲੇਕਿਨ ਇੱਥੇ ਖੇਤੀਬਾੜੀ ਸੁਲਤਾਨਪੁਰ ਕਪੂਰਥਲਾ ਔਰ ਲੁਧਿਆਣੇ ਯੂਨੀਵਰਸਿਟੀ ਤੱਕ ਕਾਫ਼ੀ 2 ਸਾਲ ਤੱਕ ਜਦੋਂ ਜਦ ਕਰ ਰਹੇ ਹਾਂ, ਪਰ ਕੋਈ ਸਾਨੂੰ ਕੋਈ ਵੀ ਉਹਨਾਂ ਵੱਲੋਂ ਰਿਸਪੋਂਸ ਨਹੀਂ ਅਜੇ ਤੱਕ ਮਿਲਿਆ। ਅੱਛਾ ਜੇ ਆਪਾਂ ਮਸ਼ੀਨ ਬਣਾਉਣ ਦੀ ਗੱਲ ਕਰੀਏ, ਇੱਕ ਮਸ਼ੀਨ ਨੂੰ ਬਣਾਉਣ ਨੂੰ ਕਿੰਨਾ ਕੁ ਸਮਾਂ ਲੱਗਦਾ? ਸਰ ਇਹ ਤਾਂ ਜਿਹੜੇ ਅਸੀਂ ਇੰਡਸਟਰੀ ਦੇ ਵਿੱਚ ਵਰਕਰ ਹੈ ਉਹਨਾਂ 'ਤੇ ਨਿਰਭਰ ਕਰਦਾ, ਅਗਰ ਸਾਡੇ ਕੋਲ ਜਿਸ ਤਰ੍ਹਾਂ ਕੰਮ ਆਏਗਾ, ਡਿਮਾਂਡ ਆਏਗੀ, ਉਸ ਤਰ੍ਹਾਂ ਹੀ ਅਸੀਂ ਇੰਡਸਟਰੀ ਦੇ ਵਿੱਚ ਵਰਕਰ ਵਧਾ ਦਾਂਗੇ, ਤੋ ਜੇ ਸਾਡੇ ਕੋਲ ਤਕਰੀਬਨ 25 ਤੋਂ 30 ਵਰਕਰ ਕੰਮ ਕਰਨਗੇ ਤਾਂ ਅਸੀਂ 1 ਹਫ਼ਤੇ ਦੇ ਵਿੱਚ ਮਸ਼ੀਨ ਤਿਆਰ ਕਰ ਦਾਂਗੇ। ਅੱਛਾ ਤੁਸੀਂ ਕਿਸੇ ਨੂੰ ਪੇਟੈਂਟ ਕਰਾਉਣ ਦਾ ਵੀ ਸੋਚ ਰਹੇ? ਸਰ ਪੇਟੈਂਟ ਮੈਂ ਕਰਵਾ ਲਿਆ ਜੀ। ਪੇਟੈਂਟ ਕਰਵਾ ਲਿਆ? ਹਾਂਜੀ ਪੇਟੈਂਟ ਕਰਵਾ ਲਿਆ, ਮਸ਼ੀਨ 'ਤੇ ਲਿਖ ਵੀ ਦਿੱਤਾ ਹੈਗਾ ਜੀ ਪੇਟੈਂਟ ਹੈ। ਅੱਛਾ ਇਹ ਦੱਸੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਕੀ ਰੁੱਖ ਹੈ ਇਸ ਦੇ?
सर अजे तक कोई उन्हों का साढ़े वालों मतलब असं उन्होंने काफ़ी कह चुके हैं, लेकिन वो जो अं जाने वो यही गल कह देंगे ने असं आवेंगे देखांगे फिर तुहाडे नाल। असीं एप्लीकेशन भी लुधियाने यूनीवर्सिटी में देन गए हैं भी यह साडी एप्लीकेशन असीं मशीन तैयार की है पराली कुतरन वास्ते और कणक के नाड़ की तूड़ी बनाने वास्ते। उन्होंने सानू इन्ना ही कह के टाल दिता है कि असीं आवेंगे देखांगे फिर गल करांगे, उन्होंने साडी एप्लीकेशन लैन तो भी सानू ना करती। एक पासे तो सरकारां प्रदूषण दे लै के काफ़ी चिंतित ने, दूजे पासे सरकारां तुहाडे कोल पहुंच नहीं करदी, खेतीबाड़ी मंत्री दे संपर्क कीता सर? नहीं जी, खेतीबाड़ी मंत्री सीएम साहब आप ही नहीं तो उतों तक साड़ी अप्रोच नहीं हो सकी। कभी कोशिश करोगे सर? देखो मैं तो इस टाइम इन्ना निराश हो चुका कि मैं सोच रहा कि अगर जे कि मैं कोई स्पोंस ना मिले तो मैं काम ही बंद कर देना है, क्योंकि इस वक्त पोजिशन मेरी बहुत ज़्यादा खराब हो चुकी है, मैं पैसा बहुत ज़्यादा इनवैसट कर चुका हूँ, मैं अगे ये काम करने के लायक नहीं रहा, क्योंकि जे सरकार साड़ी कोई नहीं मदद करे, अगर सरकार साड़ी मदद करनगियां साडे नाल खड़नगियां तो फिर असी काम कर नू तैयार हाँ जी। अच्छा, कोई अपने एनआरआई भरा भी मदद कर रहे ने या उन्हां नाल कीती तुसी कोशिश? सर नहीं, उन्हां तक नहीं साडे को अजे तक। तुसी कोई उन्हां नू मैसेज देना चाहोगे एनआरआई भरावां नू? हाँ जी सर, मेरा मैसेज है एनआरआई वीरां नू कि अगर सरकार साडी मदद करे तो बहुत वधिया गल, अगर एनआरआई वीर भी साडी मदद कर देणगे तो असी कामयाब हो सकदे हां। ਦੇਖਣ ਜਾ ਰਿਹਾ ਕਿ ਐਨ ਆਰ ਆਈ ਵੀਰ ਹੋਰ ਕੰਮਾਂ 'ਚ ਬਹੁਤ ਪੈਸੇ ਲਗਾ ਦਿੰਦੇ ਜਿਹਦਾ ਮਤਲਬ ਪੰਜਾਬ ਦੇ ਲੋਕਾਂ ਨੂੰ ਨਹੀਂ ਫਾਇਦਾ, ਜੇ ਇੱਥੇ ਪੋਲਿਊਸ਼ਨ ਘਟੇਗਾ ਪੰਜਾਬ ਦੇ ਲੋਕਾਂ ਦਾ ਫਾਇਦਾ ਹੋਏਗਾ, ਕੀ ਤੁਸੀਂ ਉਹਨਾਂ ਨੂੰ ਕੋਈ ਇਹੋ ਜਿਹਾ ਮੈਸੇਜ ਦੇਣਾ ਚਾਹੋਗੇ? ਹਾਂਜੀ ਸਰ, ਮੇਰਾ ਮੈਸੇਜ ਐਨ ਆਰ ਆਈ ਵੀਰਾਂ ਨੂੰ ਇਹੀ ਹੈ ਕਿ ਮੇਰੀ ਮਦਦ ਕੀਤੀ ਜਾਵੇ, ਮੇਰੀਆਂ ਜੋ ਪ੍ਰੋਬਲਮ ਆਉਂਦੀਆਂ ਨੇ ਉਹਨਾਂ ਦਾ ਹੱਲ ਹੋ ਜਾਵੇ ਤਾਂ ਮੈਂ ਉਹਨਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦਾ। ਇੱਕ ਹੋਰ ਵੀ ਦੇਖਦੇ ਹਾਂ ਕਿ ਜਿੰਨੀਆਂ ਵੀ ਸਮਾਜ ਸੇਵੀ ਸੰਸਥਾਵਾਂ ਨੇ ਸ਼ਪੀਲ ਲਗਾ ਦਿੰਦੀਆਂ ਨੇ, ਲੰਗਰ ਲਗਾ ਦਿੰਦੀਆਂ ਨੇ, ਤੁਹਾਨੂੰ ਨਹੀਂ ਲੱਗਦਾ ਕਿ ਇੱਧਰ ਵੀ ਆਉਣਾ ਚਾਹੀਦਾ? ਸਰ ਇਸ ਪਾਸੇ ਮੈਂ ਕਹਿ ਤਾਂ ਬੜਾ ਰਿਹਾ ਪਰ ਕੋਈ ਧਿਆਨ ਨਹੀਂ ਦੇ ਰਿਹਾ ਜੀ, ਕਿਉਂਕਿ ਅੱਜ ਕੱਲ੍ਹ ਵੀ ਆ ਹੁਣ ਕੀ ਹੋਇਆ ਹੈਗਾ, ਖੇਤਾਂ ਨੇ ਤੂੜੀਆਂ ਬਣੀਆਂ ਨੇ ਜੀ, ਜੋ ਵੇਸਟ ਨਾੜ ਬਣ ਗਿਆ, ਲੋਕਾਂ ਨੇ ਅੱਖਾਂ ਮਟੀਰ ਕੇ ਅੱਗ ਲਗਾਈ ਹੈ ਜੀ। ਮੇਰੇ ਖਿਆਲ ਮੈਂ ਕਹਿ ਸਕਦਾ ਕਿ 90% ਲੋਕਾਂ ਨੇ ਅੱਗ ਇਸ ਵਾਰ ਕਣਕ ਦੇ ਨਾੜ ਨੂੰ ਲਗਾ ਦਿੱਤੀ ਹੈ, ਲੋਕਾਂ ਦਾ ਧਿਆਨ ਹੀ ਨਹੀਂ ਹੈ ਜੀ। ਸਰਕਾਰਾਂ ਕਹਿੰਦੀਆਂ ਹੈਗੀਆਂ, ਅਫਸਰਾਂ ਦੇ ਬਿਆਨ ਬਿਆਜੀਆਂ ਹੁੰਦੀਆਂ ਨੇ ਪਰ ਸਖਤਾਈ ਕੋਈ ਨਹੀਂ, ਅਮਲੀ ਰੂਪ ਕੋਈ ਨਹੀਂ, ਇਸ ਕਰਕੇ ਕਿਸਾਨਾਂ ਨੂੰ ਢਿੱਲ ਮਿਲ ਜਾਂਦੀ ਹੈਗੀ, ਉਹ ਅੱਗ ਲਗਾਉਂਦੇ ਨੇ ਤੋ ਨੁਕਸਾਨ ਫਾਇਦਾ ਹੋਣਾ ਇਹ ਸੋਚਦੇ ਹੀ ਨਹੀਂ ਹੈ। ਮੈਂ ਸਰ 10 ਸਾਲ ਤੋਂ ਜਦੋਂ ਦਾ ਇਸ ਕੰਮ ਦੇ ਵਿੱਚ ਪਿਆ ਮੈਂ ਉਦੋਂ ਤੋਂ ਹੀ 10 ਸਾਲ ਤੋਂ ਆਪਣੇ ਖੇਤਾਂ ਨੂੰ ਕਦੀ ਵੀ ਅੱਗ ਨਹੀਂ ਲਗਾਈ, ਨਾ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਹੈ ਔਰ ਨਾ ਹੀ ਕਣਕ ਦੇ ਨਾੜ ਨੂੰ ਅੱਗ ਲਗਾਈ ਹੈ। ਮੈਂ ਵਿੱਚੇ ਹੀ ਇਹਨੂੰ ਮਿਕਸ ਕਰਕੇ ਜ਼ਮੀਨ ਦੇ ਵਿੱਚ ਔਰ ਇਹ ਤੋਂ ਬਾਇਓ ਖਾਦ ਦਾ ਕੰਮ ਲੈ ਰਿਹਾ ਹੈ ਔਰ ਇਸ ਟਾਈਮ ਮੈਂ ਜੋ ਖਾਦ ਹੈ ਉਹ ਆਮ ਆਸੇ ਪਾਸੇ ਦੇ ਕਿਸਾਨਾਂ ਨਾਲੋਂ ਅੱਧੀ ਖਾਦ ਪਾ ਰਿਹਾ ਜੀ ਔਰ ਅੱਧਾ ਹੀ ਜਿਹੜੀਆਂ ਦਵਾਈਆਂ ਨੇ ਉਹਨਾਂ ਦਾ ਪ੍ਰਯੋਗ ਕਰ ਰਿਹਾ। ਮੇਰੇ ਖਿਆਲ ਵੀ ਮੈਂ 2 ਕੁ ਸਾਲ ਤਾਈ ਜਿਹੜੀ ਖਾਦ ਆ ਉਹ ਇਦੋਂ ਵੀ ਅੱਧੀ ਹੋ ਜਾਏਗੀ ਔਰ ਦਵਾਈਆਂ ਬਿਲਕੁਲ ਹੀ ਪ੍ਰਯੋਗ ਕਰਨੋਂ ਮੈਂ ਹਟ ਜੂੰਗਾ। ਅੱਛਾ ਜਲੰਦ, ਤੁਸੀਂ ਕਪੂਰਥਲਾ ਦੇ ਰਹਿਣ ਵਾਲੇ ਹੋ ਜੀ, ਕਪੂਰਥਲਾ ਦੇ ਡਿਪਟੀ ਕਮਿਸ਼ਨਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਇਸੇ? ਸਰ ਮੈਂ ਪਹਿਲਾਂ ਮੁਹੰਮਦ ਤਾਇਬ ਸਾਹਿਬ ਸਨ ਡੀਸੀ ਸਾਹਿਬ, ਉਹਨਾਂ ਨੂੰ 2 ਕੁ ਵਾਰ ਮਿਲਿਆ ਹੈਗਾ ਪਰ ਉਹਨਾਂ ਨੇ ਵੀ ਮੇਰੀ ਗੱਲ ਤਾਂ ਸੁਣੀ ਪਰ ਅੱਗੇ ਕੋਈ ਕਾਰਵਾਈ ਨਹੀਂ ਹੋਈ ਸੀ।